ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੰਨੇ ਵੀ ਮੇਰੇ ਦੋਸਤ ਫੇਸਬੁੱਕ ਤੇ ਹਲਕਾ ਭਲੱਥ ਜਾਂ ਦੇਸ਼ਾਂ ਵਿਦੇਸ਼ਾਂ ਵਿੱਚ ਜਾਂ ਜਿੱਥੇ ਵੀ ਮੇਰੇ ਬੈਠੇ ਨੇ ਸਾਡੇ ਨਾਲ ਅੱਜ ਲਾਈਵ ਵਿਚਾਰ ਸਾਂਝੇ ਕਰਨ ਲੱਗਾ। ਟੌਪਿਕ ਆ ਕਿ ਜੋ ਭਲੱਥ ਹਲਕੇ ਦੇ ਵਿੱਚ ਨੀਂਹ ਪੱਥਰ ਰੱਖਣ ਨੂੰ ਲੈ ਕੇ ਪਿਛਲੇ ਦਿਨੀ ਵਿਵਾਦ ਚੱਲ ਰਿਹਾ, ਜੋ ਕਿ ਰਣਜੀਤ ਸਿੰਘ ਰਾਣਾ ਜੋ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੇ ਉੱਥੇ ਚੋਣ ਲੜੇ ਸੀਗੇ, ਉਹਨਾਂ ਨੇ ਨੀਂਹ ਪੱਥਰ ਰੱਖਿਆ ਤੇ ਸੁਖਪਾਲ ਸਿੰਘ ਖਹਿਰਾ ਨੇ SDM ਦਫ਼ਤਰ ਜਾ ਕੇ SDM ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੇ ਦਫ਼ਤਰ ਵਿੱਚ ਲਾਈ ਹੋਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਟੈਲੀਫੋਨ ਲਾ ਕੇ ਤੇ ਸਪੀਕਰ ਆਨ ਕਰਕੇ ਇੱਕ ਸਾਡਾ ਥਰੈਟ ਦਿੱਤਾ ਕਿ ਜੋ ਕਿ ਬਹੁਤ ਨਿੰਦਣ ਯੋਗ ਆ, ਕਿਉਂਕਿ ਪਹਿਲੀ ਗੱਲ ਤਾਂ ਜੇ ਅਫਸਰ ਸੀਟ ਤੇ ਬੈਠਾ ਨਹੀਂ ਤੇ ਤੁਹਾਨੂੰ ਚਾਹੀਦਾ ਇਹ ਸੀਗਾ, ਤੁਸੀਂ ਚੁਣੇ ਹੋਏ ਨੁਮਾਇੰਦੇ ਹੋ, MLA ਹੋ, ਇੰਨੀ ਤਾਂ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਆ ਖਹਿਰਾ ਸਾਹਿਬ ਨੂੰ ਕਿ ਜੇ ਆਫਿਸਰ ਬੈਠੇ ਨੀਗੇ, ਚਾਹੇ DC ਹੋਵੇ, ਚਾਹੇ SDM ਹੋਵੇ, ਕੋਈ ਵੀ ਅਫਸਰ ਹੋਵੇ, ਤੇ ਉਹਨਾਂ ਦੇ ਦਫ਼ਤਰ ਦੇ ਵਿੱਚ ਲਾਈਵ ਹੋਣ ਦਾ ਮਤਲਬ ਨਹੀਂ ਬਣਦਾ। ਤੁਹਾਨੂੰ ਦਫ਼ਤਰ ਤੋਂ ਬਾਹਰ ਆਉਣਾ ਚਾਹੀਦਾ ਸੀ, ਦਫ਼ਤਰ ਤੋਂ ਬਾਹਰ ਆ ਕੇ ਆਪਣੇ ਵਿਚਾਰ ਜੋ ਵੀ ਤੁਹਾਡਾ ਰੋਸ ਸੀਗਾ ਸਰਕਾਰ ਦੇ ਪ੍ਰਤੀ ਜਾਂ ਨੀਂਹ ਪੱਥਰਾਂ ਦੇ ਪ੍ਰਤੀ ਕਿ ਇਹ ਕਿਉਂ ਉਦਘਾਟਨ ਇੱਕ ਗੈਰ ਸੰਵਿਧਾਨਿਕ ਵਿਅਕਤੀ ਕਿਉਂ ਕਰ ਰਿਹਾ, ਤੇ ਇਹ ਤੁਹਾਨੂੰ ਬਾਹਰ ਆ ਕੇ ਪ੍ਰੈਸ ਨੂੰ ਮੀਡੀਆ ਨੂੰ ਜਿਹੜਾ ਹੈਗਾ ਰੂਬਰੂ ਹੋ ਕੇ ਆਪਣੇ ਵਿਚਾਰ ਪੇਸ਼ ਕਰਨੇ ਚਾਹੀਦੇ ਸੀ। ਪਹਿਲਾਂ ਤਾਂ ਮੈਂ ਇਸ ਚੀਜ਼ ਦੀ ਘੋਰ ਨਿੰਦਿਆ ਵੀ ਕਰਦਾ ਇਸ ਸਟੈਪ ਦੀ, ਇਹ ਵੀ ਇੱਕ ਸੰਵਿਧਾਨ, ਜੇ ਤੁਸੀਂ ਕਹਿੰਦੇ ਕਿ ਸੰਵਿਧਾਨਿਕ MLA ਦੀ ਜਗ੍ਹਾ ਦੇ ਉੱਤੇ ਕੋਈ ਹੋਰ ਬੰਦਾ ਕਰੇ ਤੇ ਤੁਸੀਂ ਵੀ ਇਹ ਜਿਹੜਾ ਪ੍ਰੋਟੋਕਾਲ ਆ ਕਿਸੇ ਅਫਸਰ ਦੇ ਗੈਸਟਡ ਅਫਸਰ ਦੇ ਦਫ਼ਤਰ ਦੇ ਵਿੱਚ ਉਹਦੀ ਗੈਰ ਹਾਜ਼ਰੀ ਦੇ ਵਿੱਚ ਲਾਈਵ ਹੋ ਕੇ ਤੇ ਇਸ ਤਰੀਕੇ ਦੇ ਨਾਲ ਉਹਦੇ ਨਾਲ ਗੱਲ ਕਰਨੀ ਕਿ ਇੱਕ ਹਫ਼ਤੇ ਬਾਅਦ ਮੈਂ ਬਹੁਤ ਸਾਰੇ ਧਰਨਿਆਂ ਦੇ ਰੂਪ ਦੇ ਵਿੱਚ ਆਊਂਗਾ ਤੇ ਉਹਨਾਂ ਚਿਰ ਨੂੰ ਇਹ ਨੀਂਹ ਪੱਥਰ ਜਿਹੜੇ ਹੈਗੇ ਆ ਇਹਨਾਂ ਨੂੰ ਇਹਨਾਂ ਦੇ ਖਿਲਾਫ਼ ਕਾਰਵਾਈ ਕਰਕੇ ਇਹਨਾਂ ਨੂੰ ਲਾਇਆ ਜਾਵੇ ਜਾਂ ਤੋੜਿਆ ਜਾਵੇ ਜੋ ਵੀ ਆ। ਮੈਂ ਖਹਿਰਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਗੈਰ ਸੰਵਿਧਾਨਿਕ ਜਿਹੜੇ ਨੀਂਹ ਪੱਥਰ ਆ ਇਹਨਾਂ ਦੀ ਜਿਹੜੀ ਸ਼ੁਰੂਆਤ ਆ ਜਿਹੜੀ ਰਵਾਇਤ ਆ ਉਹ ਕਿਹਨੇ ਪਾਈ ਆ? ਆਪਾਂ ਨੂੰ ਥੋੜ੍ਹਾ ਜਿਹਾ ਪਿੱਛੇ ਜਾਣਾ ਚਾਹੀਦਾ। ਮੈਂ ਸਾਰੇ ਹਲਕਾ ਵਾਸੀਆਂ ਨੂੰ ਵੀ ਬੇਨਤੀ ਕਰੂੰਗਾ ਕਿ ਇਸ ਲਾਈਵ ਨੂੰ ਇਸ ਵੀਡੀਓ ਨੂੰ ਸੁਣਿਓ ਜ਼ਰੂਰ ਤੇ ਤਕਨੀਕੀ ਤੌਰ ਦੇ ਉੱਤੇ ਆਪਾਂ ਕਿਸੇ ਨੂੰ ਮੰਦਾ ਨਹੀਂ ਬੋਲਣਾ, ਕਿਸੇ ਨੂੰ ਮੇਰੀ ਇਹ ਇੱਦਾਂ ਦੇ ਵਿਚਾਰ ਨਹੀਂ ਹੈਗੇ। ਮੈਂ ਤੇ ਸਹੀ ਤੇ ਗਲਤ ਦਾ ਅਰਥ ਜਿਹੜਾ ਹੈਗਾ ਉਹ ਸਾਨੂੰ ਵਿਚਾਰਨ ਦੀ ਲੋੜ ਹੈ, ਕਿਉਂਕਿ ਹਲਕਾ ਭਲੱਥ ਦੇ ਲੋਕ ਕਈਆਂ ਸਾਲਾਂ ਤੋਂ ਚਲੋ ਗੁੰਮਰਾਹ ਹੁੰਦੇ ਆਏ ਆ। ਆਪਾਂ ਅੱਜ ਦਾ ਟੌਪਿਕ ਆਪਣਾ ਇਹ ਨਹੀਂ ਹੈਗਾ ਕਿ ਗੈਰ ਕਾਨੂੰਨੀ ਜਾਂ ਗੈਰ ਸੰਵਿਧਾਨਿਕ ਨੀਂਹ ਪੱਥਰਾਂ ਦੀ ਸ਼ੁਰੂਆਤ। ਮੈਂ SDM ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਜੇ ਇਹਨਾਂ ਨੇ ਕਾਰਵਾਈ ਕਰਨ ਦੀ ਗੱਲ ਕੀਤੀ ਹੈ ਤੇ ਕਾਰਵਾਈ ਕਰੋ, ਤੇ ਜਿੰਨੇ ਵੀ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਨੀਂਹ ਪੱਥਰ ਹਲਕਾ ਭਲੱਥ ਚ ਲੱਗੇ ਆ ਸਾਰੇ ਕਾਨੂੰਨ ਸਾਰਾ ਇਹ ਹੈਗਾ ਬਰਾਬਰ ਆ, ਸਾਰੇ ਹੀ ਲਾ ਦਿੱਤੇ ਜਾਣ। ਉਹਦੇ ਵਿੱਚ ਅਮਨਦੀਪ ਸਿੰਘ ਗੋੜਾ ਗਿੱਲ ਦੇ ਵੀ ਹੋਣਗੇ, ਮੈਨੂੰ ਕੋਈ ਇਤਰਾਜ਼ ਨਹੀਂ। ਰਣਜੀਤ ਰਾਣਾ ਨੇ ਜਿਹੜੇ ਕੀਤੇ ਹੋਣਗੇ ਕੋਈ ਇਤਰਾਜ਼ ਨਹੀਂ, ਪਰ ਜਿਹੜੇ ਸੁਖਪਾਲ ਸਿੰਘ ਖਹਿਰਾ ਨੇ ਕੀਤੇ ਆ ਉਹਦਾ ਮੈਨੂੰ ਲੱਗਦਾ ਕਿ ਚੰਗੀ ਤਰ੍ਹਾਂ ਇਹ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ। ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਸੁਖਪਾਲ ਸਿੰਘ ਖਹਿਰਾ ਨੇ ਗੈਰ ਸੰਵਿਧਾਨਿਕ ਜਿਹੜੀ ਪ੍ਰੈਤ ਸ਼ੁਰੂ ਕੀਤੀ ਉਹ ਸੁਖਪਾਲ ਸਿੰਘ ਖਹਿਰਾ ਨੇ ਕੀਤੀ। ਇਹ ਤਾਂ ਮੈਂ ਪੜ੍ਹ ਕੇ ਸੁਣਾਉਣਾ, ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਹੇਠ ਪਿੰਡ ਚੱਕੋਕੀ ਤੋਂ ਪਿੰਡ ਕੋਟਲੀ ਤੱਕ ਦੀ ਸੜਕ ਦਾ ਨੀਂਹ ਪੱਥਰ ਮਾਨਯੋਗ ਸੁਖਪਾਲ ਸਿੰਘ ਖਹਿਰਾ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਕਪੂਰਥਲਾ ਆਪਣੇ ਘਰ ਕਮਰਾ ਨਾਲ ਕਰ ਰਿਹਾ। ਮੈਂ ਖਹਿਰਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਉਦੋਂ ਤੁਸੀਂ ਸੰਵਿਧਾਨਿਕ ਪੋਸਟ ਤੇ ਸੀ, ਜਵਾਬ ਜ਼ਰੂਰ ਦਿਓ, ਤਰਕ ਨਾ ਦਿਓ। ਤੇ ਇਹਦੇ ਵਿੱਚ ਬਕਾਇਦਾ ਮੈਂਬਰ ਪੰਚਾਇਤਾਂ ਦੇ ਨਾਂ ਆ ਤੇ ਲਾਸਟ ਦੇ ਉੱਤੇ ਤੁਹਾਡਾ ਜਿਹੜਾ ਜਿਗਰੀ ਜਾ ਰਿਹਾ ਡਰੱਗ ਵਾਲਾ ਗੁਰਦੇਵ ਸਿੰਘ ਦੇਬੀ ਮਾਰਕੀਟ ਕਮੇਟੀ ਚੇਅਰਮੈਨ ਢਿਲਵਾਂ ਉਹਨਾਂ ਦਾ ਨਾਂ ਆ, ਤੇ ਇਹ ਜਿਉਂਦੇ ਜਾਗਦੇ ਨੀਂਹ ਪੱਥਰ ਪਿੰਡਾਂ ਦੇ ਵਿੱਚ ਲੱਗੇ ਹੋਏ ਆ। ਇਹ ਇੱਕ ਨਹੀਂ ਗਏ, ਉਸ ਤੋਂ ਬਾਅਦ ਹੋਰ ਵੀ ਸੁਣਾ ਲੈਂਦੇ ਆ। ਉਸ ਤੋਂ ਬਾਅਦ ਜੀ ਮੰਡ ਬ੍ਰਹਿਮਵਾਲ ਤੱਕ ਦਾ ਨੀਂਹ ਪੱਥਰ ਉਹ ਸਾਰੀ ਦਾ ਕੂਕੇ ਪਿੰਡ ਤੋਂ ਸੁਖਪਾਲ ਸਿੰਘ ਖਹਿਰਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਮਿਤੀ 14/8/2006 ਨੂੰ ਆਪਣੇ ਘਰ ਕਮਰਾ ਨਾਲ 2006 ਵਿੱਚ ਰੱਖ ਰਹੇ ਆ। ਇਹ ਵੀ ਸੰਵਿਧਾਨਿਕ ਤੀਜਾ ਇੱਦਾਂ ਦੇ ਬਹੁਤ ਆ ਮੇਰੇ ਕੋਲ, ਟਾਈਮ ਬਹੁਤ ਜਿਹੜਾ ਹੈਗਾ। ਫਿਰ ਆ ਜਾਂਦਾ ਜੀ
मंड ब्रह्मवाद तक का नींह पत्थर 14/8/2006 ठीक है जी। ये ਇਦਾਂ ਦੇ ਕਿੰਨੇ ਪਿੰਡਾਂ ਦੇ ਵਿੱਚ ਜਿਉਂਦੇ ਜਾਗਦੇ ਹੈਗੇ ਆ। ਤੇ ਮੈਂ ਐਸਡੀਐਮ ਸਾਹਿਬ ਨੂੰ ਬੇਨਤੀ ਕਰਦਾ ਵੀ ਕਰ ਦਿਓ ਸ਼ੁਰੂ 2006 ਤੋਂ ਕਰ ਦਿਓ ਪੱਧਰੇ ਸਾਰੇ, ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਤੇ ਜਿਹੜੇ ਅੱਜ ਸੰਵਿਧਾਨ ਦੀਆਂ ਗੱਲਾਂ ਕਰਦੇ ਆ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਠੀਕ ਆ ਜਦੋਂ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਉਦੋਂ ਤੁਸੀਂ MLA ਨਹੀਂ ਸੀਗੇ ਚੁਣੇ ਗਏ, ਤੁਸੀਂ 7 ਚ ਵੀ ਹਰ ਗਏ, 2 ਚ ਵੀ ਹਰ ਗਏ, 2 ਵਾਲੀ ਸਰਕਾਰ ਦੇ ਨਾਲ ਤੁਹਾਡਾ ਸੰਬੰਧ ਸੀਗਾ, ਤੁਸੀਂ ਡਿਵੈਲਪਮੈਂਟ ਦੇ ਕੰਮ ਕਰਾਏ, ਠੀਕ ਆ ਯਾਰ ਤੁਸੀਂ ਨੀਂਹ ਪੱਥਰ ਰੱਖ ਲਏ, ਕਿਸੇ ਨੇ ਇਤਰਾਜ਼ ਨਹੀਂ ਕੀਤਾ। ਗੋਰੇ ਗਿੱਲ ਨੂੰ ਮੌਕਾ ਮਿਲਿਆ, 4-4.5 ਸਾਲ ਕੰਮ ਕੀਤੇ ਆ, ਕੰਮ ਬੋਲਦੇ ਵੀ ਆ ਤੇ ਨੀਂਹ ਪੱਥਰ ਰੱਖੇ ਵੀ ਆ, ਤੇ ਜੇ ਇਤਰਾਜ਼ ਆ ਤੇ ਬਦਲ ਦਿਓ, ਕੋਈ ਗੱਲ ਨਹੀਂ। ਜੇ ਹੁਣ ਸਰਕਾਰ ਮੁੜ ਕੇ 6 ਮਹੀਨੇ ਆਏ, ਫਿਰ ਤੁਸੀਂ ਆ ਗਏ ਜੁਆਇਨ ਕਰਕੇ ਕੈਪਟਨ ਸਾਹਿਬ ਦੇ ਨਾਲ ਹਵਾਈ ਜਹਾਜ਼ ਦੇ ਉੱਤੇ ਉੱਥੇ ਹੈਲੀਪੈਡ ਤੇ, ਤੇ ਤੁਸੀਂ ਨੇਰੀ ਲਿਆਤੀ 5 ਮਹੀਨਿਆਂ ਦੇ ਵਿੱਚ। ਉਹ ਵੀ ਜਿੰਨੇ ਕੰਮ ਜਿਹੜੇ ਜਿਨ੍ਹਾਂ ਦਾ ਪ੍ਰੋਸੈਸ 7 ਸਾਲ ਦਾ ਹੁੰਦਾ ਵਾ, ਉਹ ਸਾਰਿਆਂ ਨੂੰ ਜਿਹੜੇ ਸ਼ੁਰੂ ਕਰਾਏ ਸੀਗੇ, ਉਹ ਐਂਡ ਤੇ ਆ ਕੇ ਨੀਂਹ ਪੱਥਰ ਤੇ ਤੇਰੇ ਤੇ ਕਹਿੰਦੇ ਬੰਨ ਵਾਲੇ ਵੀ ਮੈਂ ਬਣਾਤੀ, ਫਲਾਨਾ ਵੀ ਬਣਾਤੀ, ਸਭ ਨੂੰ ਪਤਾ ਵੀ ਉਹਦਾ ਪ੍ਰੋਸੈਸ ਕਿਹਨੇ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਤੁਸੀਂ ਯਾਤਰਾ ਤੇ ਚਲੇ ਗਏ, ਜੇਲ੍ਹ ਯਾਤਰਾ ਤੇ ਮਗਰ ਤੋਂ ਤੁਸੀਂ ਪਾਵਰ ਆਫ ਅਟਾਰਨੀ ਤੇ ਗਏ ਸੀ ਆਪਣੇ ਮੁੰਡੇ ਨੂੰ ਮਤਾਬ ਨੂੰ ਕਿ ਉਹ ਨੀਂਹ ਪੱਥਰ ਜਿਹੜੇ ਹੈਗੇ ਆ ਉਹਨੇ ਉਹਦੇ ਉਦਘਾਟਨ ਕੀਤੇ। ਇਹ ਕੋਈ ਨੰਬਰਦਾਰੀ ਥੋੜੀ ਸੀਗੀ ਕਿ ਯਾਰ ਮੈਂ ਚੱਲਿਆ ਵਿਦੇਸ਼ ਤੇ ਮੈਂ ਆਪਣੀ ਪਾਵਰ ਆਫ ਅਟਾਰਨੀ ਫਲਾਨੇ ਬੰਦੇ ਨੂੰ 3 ਮਹੀਨਿਆਂ ਦੀ ਜਿਹੜੀ ਹੈਗੀ ਆ ਦੇਤੀ ਆ। ਇਹ ਇੱਕ ਇਲੈਕਟਡ MLA ਆ, ਲਿਖ ਕੇ ਨਹੀਂ ਦੇ ਸਕਦੇ, ਉਹ ਉਦਘਾਟਨ ਹੋਵੇ, ਸਾਰਾ ਕੁਛ ਹੀ ਗੈਰ ਸੰਵਿਧਾਨਿਕ ਹੋਇਆ। ਤੇ ਜੇ ਮੈਂ SDO ਸਾਹਿਬ ਨੂੰ ਬੇਨਤੀ ਕਰਦਾ ਜੇ ਕਾਰਵਾਈ ਹੋਵੇ ਤੇ ਸਾਰਿਆਂ ਦੇ ਹੋਵੇ, ਇੱਕ ਵੱਡੇ ਹੋ 2006 ਤੋਂ ਸ਼ੁਰੂ ਕਰਿਓ, ਇੱਕ ਵਾਰੀ JCB ਪਾ ਕੇ ਪੱਧਰੇ ਕਰ ਦਿਓ, ਕੋਈ ਗੱਲ ਨਹੀਂ, ਕੋਈ ਇਤਰਾਜ਼ ਨਹੀਂ। ਤੇ ਖਹਿਰਾ ਸਾਹਿਬ ਜੇ ਮੇਰੇ ਯਾਰ ਇਹ ਤੱਥ ਪੇਸ਼ ਕੀਤੇ ਆ, ਇਹ ਚ ਮੇਰਾ ਜੁੜਾ ਇੱਕ ਨਹੀਂ ਪੱਥਰਾ ਲੋ ਆ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਜਿਹੜਾ ਨਿਹਾਲਗੜ੍ਹ ਨਡਾਲੇ ਲੱਗਾ, ਕੋਈ ਗੱਲ ਨਹੀਂ ਟੁੱਟ ਜਾਵੇ, ਕੋਈ ਦਿੱਕਤ ਨਹੀਂ ਮੈਨੂੰ। ਏਦਾਂ ਦੇ ਮੈਂ ਬਹੁਤ ਹਰੇਕ ਪਿੰਡ ਦੇ ਵਿੱਚ ਨੀਂਹ ਪੱਥਰ ਲੱਗੇ ਵੀ ਆ, ਤੇ ਜਿਹੜਾ ਮਰਜ਼ੀ ਵਿਅਕਤੀ ਆਪੋ ਆਪਣੇ ਪਿੰਡ ਜਾ ਕੇ ਆਪਣੇ ਪਿੰਡ ਹੀ ਚੈੱਕ ਕਰ ਲਓ, ਚੱਕੋ ਕੀ ਵਾਲੇ ਚੱਕੇ ਵਾਲੇ ਆਪਣੇ ਕਰ ਲੈਣ, ਕੂਕਿਆਂ ਵਾਲੇ ਕੂਕਾ ਕਰ ਲੈਣ ਕਿ ਉਦੋਂ ਇਹ ਇਲੈਕਟਡ MLA ਸੀ 2006 ਚ, ਹਰਿਆ ਹੋਇਆ MLA ਸੀਗਾ, MLA ਵੀ ਨਹੀਂ ਸੀ, ਹਰੇ ਹੋਏ MLA ਦੀ ਚੋਣ ਜਿੱਦਾਂ ਅਸੀਂ ਵੀ ਹਰੇ ਹਾਂ, ਫਿਰ ਕੀ ਹੋ ਗਿਆ, ਤੂੰ ਇੰਨੀ ਵਾਰੀ ਹਰ ਗਿਆ ਅਸੀਂ ਇੱਕ ਵਾਰੀ ਹਰ ਗਏ, ਕੀ ਫਰਕ ਪੈਂਦਾ, ਆਉਣ ਵਾਲਾ ਸਮਾਂ ਫਿਰ ਵੇਖਾਂਗੇ। ਪਰ ਸ਼ਿਕਾਇਤ ਕਰਨ ਦੇ ਆਦੀ ਆ ਜਿਹੜੇ ਤੁਹਾਡੇ, ਮੈਂ ਤੇ ਹੈਰਾਨ ਆ ਜਿਹੜੇ ਨਾਲ ਬੈਠੇ ਸੀਗੇ ਸ਼੍ਰੀਮਾਨ ਜੀ ਜਿਹੜੇ ਚੇਅਰਮੈਨ ਜਿਹੜੇ ਹੈਗੇ ਬਣਾਏ ਸੀ ਤੁਹਾਨੂੰ, ਕਦੀ ਜ਼ਿੰਦਗੀ ਜਿਹੜਾ ਬੋਲਣ ਦਿਆ ਤੁਹਾਨੂੰ ਕਦੀ ਚੇਅਰਮੈਨ ਨਹੀਂ ਜਿਵੇਂ ਬਣਾਉਣਾ, ਤੁਹਾਡੀ ਚੇਅਰਮੈਨੀ ਦਾ ਵਿਰੋਧ ਕੀਤਾ ਸੀਗਾ ਕਿ ਇੱਥੇ ਲਵਾਣਾ ਸਿੰਘ ਬਣਨਾ ਚਾਹੀਦਾ ਸੀ, ਤੇ ਬੜੇ ਢੀਠ ਹੋ ਕੇ ਨਾਲ ਬੈਠੇ ਹੋ, ਬਸ਼ਰਮੋ ਥੋੜਾ ਜਿਹਾ ਦੱਸ ਹੀ ਦਿਓ ਇਹਨਾਂ ਨੂੰ ਕਿ ਖਹਿਰਾ ਸਾਹਿਬ ਤੁਹਾਡੇ ਵੀ ਨਹੀਂ ਪੱਥਰ ਲੱਗੇ, ਆਪਾਂ ਇਹ ਬੋਲੀ ਜਾਣਦੇ ਹਾਂ ਤੇ ਮੁੜ ਕੇ ਜਵਾਬ ਨਹੀਂ ਆਉਣਾ। ਤੇ ਇਸ ਕਰਕੇ ਬੇਕਦਰੇ ਲੋਕ ਵੀ ਬੜੇ ਹੁੰਦੇ ਦੁਨੀਆਂ ਦੇ ਤੁਰੇ ਫਿਰਦੇ ਐਡੇ ਐਡੀਆਂ ਵੱਡੀਆਂ ਦੇਹਾਂ ਲੈ ਕੇ, ਤੇ ਚਲੋ ਉਹਨਾਂ ਨੂੰ ਤਾਂ ਮੈਂ ਜਿਹਨਾਂ ਦਾ ਜ਼ਮੀਰ ਹੀ ਮਰ ਜਾਵੇ ਉਹਨਾਂ ਨੂੰ ਮੈਂ ਕੀ ਕਹਿਣਾ, ਪਰ ਮੈਂ ਹਲਕਾ ਭਲੱਥ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਚਲੋ ਜਿਹਨੂੰ ਵੀ ਜਿਹੜੀ ਵੀ ਸਰਕਾਰ ਪੰਜਾਬ ਦੇ ਲੋਕਾਂ ਨੇ ਚੁਣੀ ਆ ਉਹਨੂੰ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ। ਜੇ ਕੰਮ ਨਹੀਂ ਕਰਨਗੇ, ਜਿਹੜੇ ਵਾਅਦੇ ਕੀਤੇ ਆ ਉਹ ਨਹੀਂ ਪੂਰੇ ਕਰਨਗੇ, ਹੋਊਗਾ ਕਿ 2024 ਦੇ ਵਿੱਚ ਆ ਜਾਣੀ ਲੋਕ ਸਭਾ, ਲੋਕਾਂ ਨੇ ਜਵਾਬ ਦੇ ਦੇਣਾ, 2027 ਦੇ ਵਿੱਚ ਆਜੂਗੀ, ਜਿੱਥੇ ਲੋਕ ਵਿਸ਼ਵਾਸ ਕਰਨਗੇ ਉਹ ਬੰਦਾ ਅਗਲੇ ਮਹੀਨੇ ਨੁਮਾਇੰਦਾ ਹੋ ਕੇ ਕੰਮ ਕਰੂਗਾ। ਮੈਂ ਸੁਖਪਾਲ ਸਿੰਘ ਖਹਿਰਾ ਨੂੰ ਜਿਹੜਾ ਹੈਗਾ ਉਹ ਪੁੱਛਣਾ ਚਾਹੁੰਦਾ ਕਿ ਇਹਨਾਂ ਨੀਂਹ ਪੱਥਰਾਂ ਬਾਰੇ ਸਪਸ਼ਟੀਕਰਨ ਜ਼ਰੂਰ ਦਿਓ, ਤੇ ਜੇ ਤੁਸੀਂ 1 ਹਫ਼ਤੇ ਦਾ ਟਾਈਮ ਦੇਣ ਰਹੇ ਹੋ ਕਿ ਅਸੀਂ ਧਰਨਾ ਲਾਵਾਂਗੇ, ਤੇ ਜਿਉਂ ਜਿਉਂ ਲਾਓ ਤਗੜੇ ਹੋ ਗਏ, ਤੇ ਪਰ ਨਾਲ ਦੇ ਨਾਲ ਮੈਂ ਸਾਰੇ ਮੀਡੀਆ ਨੂੰ ਇਹ ਪੁੱਛੂੰਗਾ, ਬੇਨਤੀ ਕਰੂੰਗਾ ਕਿ ਇਹਨਾਂ ਨੂੰ ਸਵਾਲ ਜ਼ਰੂਰ ਪੁੱਛਿਓ ਕਿ ਸ਼੍ਰੀਮਾਨ ਜੀ ਜਿਹੜੇ ਤੁਸੀਂ ਰਵਾਇਤ ਸ਼ੁਰੂ ਕੀਤੀ ਸੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ। ਤੇ SDO ਸਾਹਿਬ ਨੂੰ ਬੇਨਤੀ ਕਰਦਾ, ਕੋਈ ਲਿਫਣ ਦੀ ਲੋੜ ਨਹੀਂ, ਕੋਈ ਡਰਨ ਦੀ ਲੋੜ ਨਹੀਂ, ਇਹ ਡਰੇ ਨੂੰ ਡਰਾਉਂਦਾ ਤੇ ਇਹਨੂੰ ਠੋਕੇ ਅਗਲੇ ਬਣਿਓ, ਇਹਨੂੰ ਕਹੋ ਜੀ ਆ ਮੈਂ ਤੁਹਾਨੂੰ ਦਿੰਦਾ ਸ਼ਿਕਾਇਤ, ਤੇ ਜਿੰਨੇ ਇਹਦੇ ਨੀਂਹ ਪੱਥਰ ਲੱਗੇ ਆ ਇਹਨਾਂ ਸਾਰਿਆਂ ਨੂੰ ਕਹੋ ਜੀ ਸਾਰਿਆਂ ਦੇ ਲੱਗਾ ਕਾਰਵਾਈ ਕਰਨ, ਫਿਰ ਚੀਕਾਂ ਨਾ ਮਾਰੀ, ਇਹ ਮੁੜਕੇ ਇਹਦੀਆਂ ਵਾਂਗਾਂ ਨਿਕਲਣੀਆਂ। ਤੇ ਮੈਂ SDO ਸਾਹਿਬ ਨੂੰ ਬੇਨਤੀ ਕਰਦਾ, DC ਸਾਹਿਬ ਨੂੰ ਕਰਦਾ, ਐਸੇ ਜਿਹੜੇ ਠੀਕ ਆ ਲੋਕਾਂ ਦੇ, ਲੋਕਾਂ ਦੀ ਦਿੱਤੀ ਹੋਈ ਤਾਕਤ ਆ,
ਐਵੇਂ ਅਫਸਰਾਂ ਨੂੰ ਡਰਾਉਣਾ ਧਮਕਾਉਣਾ ਫੋਨ ਕਰਕੇ ਸਪੀਕਰ ਤੇ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ। ਨਿਰਪੱਖਤਾ ਦੇ ਨਾਲ ਕੰਮ ਕਰੋ ਤੇ ਕਾਰਵਾਈ ਕਰੋ, ਸਾਰਿਆਂ ਦੇ ਕਰੋ ਜੀ ਸਦਕੇ। ਤੇ ਮੈਂ ਪੂਰੇ ਹਲਕਾ ਵਾਸੀਆਂ ਨੂੰ ਬੇਨਤੀ, ਤੇ ਜਿਹੜੇ NRI ਵੀਰ ਬੈਠੇ ਆ ਜਿਨ੍ਹਾਂ ਨੂੰ ਇਸ ਬੰਦੇ ਦਾ ਸਟੈਂਡ ਹੀ ਕੋਈ ਨਹੀਂ, ਇੱਕ ਬੰਦੇ ਦੇ ਇਹਨਾਂ ਦਾ ਬੋਲਣ ਦਿਆ ਸੀ ਜੀਜਾ ਜੀ ਕਿ ਸੁਰਜਿੰਦਰ ਸਿੰਘ ਜੀ ਦੇ ਜਿਹੜੀ ਹੈਗੀ ਆ ਨੈਸ਼ਨਲ ਐਕਟ ਲਾ ਕੇ ਤੇ ਉਹਨਾਂ ਨੂੰ ਅੰਦਰ ਭੇਜਿਆ ਸੀ, ਪਾਣੀ ਕਿਹੜੀ ਜੇਲ੍ਹ ਦੇ ਵਿੱਚ ਤੋਂ ਸੁਣ ਦਿਆ ਸੀ ਮੈਂ। ਤੇ ਯਾਰ ਫਿਰ ਸਪਸ਼ਟ ਕਰੋ ਨਾ, ਉਦੋਂ ਸਰਕਾਰ ਕਿਹਦੀ ਸੀ? ਕਾਂਗਰਸ ਦੀ। ਜਦੋਂ ਇਹਨਾਂ ਦੇ ਪਿਤਾ ਜੀ ਦੇ ਉੱਤੇ ਐਕਟ ਲੱਗਾ, ਇਹਨਾਂ ਨੂੰ ਭੇਜਿਆ, ਤੇ ਉਦੋਂ ਸਰਕਾਰ ਸੀ ਕਾਂਗਰਸ ਦੀ। ਹੁਣ ਆਪਾਂ ਕਿਹਦੇ MLA ਆ? ਕਾਂਗਰਸ ਦੇ। ਹਮਾਇਤ ਆਪਾਂ ਕਿਹਦੀ ਕਰਦੇ ਹਾਂ? ਅੰਮ੍ਰਿਤਪਾਲ ਦੀ। ਤੇ ਯਾਰ ਕੋਸ਼ਿਸ਼ ਤੇ ਐਵੇਂ ਰੁਪਈਏ ਹੀ ਸਾਰਾ ਕੁਛ ਹੋ ਗਿਆ ਕਿ ਹਾਂਜੀ ਜੀ ਕਿ NRI ਭਰਾਵਾਂ ਤੋਂ ਪੈਸੇ ਕਿੱਦਾਂ ਇਕੱਠੇ ਕਰਨੇ, ਜਿਵੇਂ ਇਹ ਮਰ ਚੁੱਕੇ ਆ। ਸਟੈਂਡ ਹੀ ਕੋਈ ਨੀ, ਕਾਂਗਰਸ ਦਾ ਸਟੈਂਡ ਕੁਛ ਆ, ਤੁਹਾਡਾ ਸਟੈਂਡ ਕੁਛ ਆ। ਮੈਂ ਕੋਈ ਅੰਮ੍ਰਿਤਪਾਲ ਦੇ ਨਾ ਹੱਕ ਵਿੱਚ ਤੇ ਨਾ ਉਹਦੇ ਖਿਲਾਫ, ਮੈਂ ਉਹ ਮੇਰੀ ਸੋਚ ਨੀ, ਉਹ ਮੈਂ ਕਿਸੇ ਹੋਰ ਦਿਨ ਮੈਂ ਆਪਣੇ ਜਿਹੜੇ ਹੈਗੇ ਆ ਦਿਲ ਦੇ ਜਿਹੜੇ ਹੈਗੇ ਆ ਵਰੇਵੇਂ ਉਹ ਮੈਂ ਜ਼ਰੂਰ ਰੱਖੂੰਗਾ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ। ਪਰ ਇਹਨਾਂ ਲੋਕਾਂ ਦਾ ਸਟੈਂਡ ਹੀ ਕੋਈ ਨੀ ਗਾ। ਅੱਗੇ ਲੋਕ ਇਸ ਚੀਜ਼ ਦੇ ਉੱਤੇ ਧਿਆਨ ਦੇਣ ਕਿ ਇਹ ਸਿਰਫ ਤੇ ਸਿਰਫ NRI ਭਰਾਵਾਂ ਦੇ ਪੈਸੇ ਕਿੱਦਾਂ ਇਕੱਠੇ ਕਰਨੇ ਆ, ਤੇ ਉਹਨੂੰ ਵੇਖ ਕੇ ਇਹ ਕੰਮ ਕਰਦਾ। ਉਸੇ ਤਰ੍ਹਾਂ ਹੀ ਇੰਨਾ ਕੀ ਜਿਹੜਾ ਹੈਗਾ ਇਹਦਾ ਰੋਲ ਆ, ਤੇ ਪਤਾ ਸਭ ਨੂੰ ਹੀ ਆ। ਤੇ ਦੋਸਤੋ ਇਹ ਇੱਕ ਚਰਚਾ ਸੀਗਾ, ਦੋ ਦਿਨ ਮੈਂ ਵੇਟ ਕਰਕੇ ਲਾਈਵ ਹੋਇਆ ਇਸੇ ਕਰਕੇ ਕਿ ਸੱਚ ਜਿਹੜਾ ਹੈਗਾ ਉਹ ਸਬੂਤਾਂ ਦੇ ਨਾਲ ਜਿਹੜਾ ਹੈਗਾ ਪੇਸ਼ ਕੀਤਾ ਜਾ ਸਕੇ। ਇਹਨਾਂ ਲੋਕਾਂ ਦਾ ਦੋਹਰੇ ਦੋਹਰੇ ਕਿਰਦਾਰ ਨੇ, ਜਿਹੜੀਆਂ ਗਲਤੀਆਂ ਆਪ ਕੀਤੀਆਂ ਆ ਉਹ ਹੁਣ ਦੂਸਰੇ ਕੋਈ ਕਰਦਾ ਵਾ ਤੇ ਉੱਥੇ ਉਂਗਲਾਂ ਚੱਕਣੀਆਂ, ਇਹ ਬਿਲਕੁਲ ਗਲਤ ਆ। ਤੇ ਫਿਰ ਇੱਕ ਨਵਾਂ ਚਰਚਾ ਲੈ ਕੇ ਦੁਬਾਰਾ ਆਪਾਂ ਰੂਬਰੂ ਹੋਵਾਂਗੇ। ਸਾਰਿਆਂ ਨੂੰ ਫਤਿਹ ਬੁਲਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।